ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਦਰਸ਼ਨ ਕਰਨ ਦੇ ਲਈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ SGPC ਦੇ ਨੁਮਾਇੰਦਿਆਂ ਨੂੰ ਮਿਲਣ ਦੇ ਲਈ ਈਰਾਨ ਦੇ ਭਾਰਤ ਦੇ ਵਿੱਚ ਅੰਬੈਸਡਰ ਅਤੇ ਉੱਥੋਂ ਦਾ ਇੱਕ ਡੈਲੀਗੇਸ਼ਨ ਆਇਆ ਸਾਡੇ ਨਾਲ। ਉੱਥੋਂ ਦੇ ਜੋ ਅੰਬੈਸੀ ਦੇ ਨਾਲ ਜੁੜੇ ਲੋਕ ਨੇ ਗੱਲਬਾਤ ਕਰਦੇ ਕਿਸ ਵਿਸ਼ੇ ਨਾਲ। ਸਰ ਸਭ ਤੋਂ ਪਹਿਲੇ ਆਪਕਾ ਨਾਮ ਕਿਆ ਹੈ ਸਰ? ਜੀ ਮੈਂ ਅਥਰ ਜਾਫਰੀ ਹੂੰ ਸਰ। ਓਕੇ, ਤੋ ਸਰ ਆਪ ਡੈਲੀਗੇਸ਼ਨ ਕੇ ਸਾਥ ਆਏ, ਬਤਾਈਏ ਕੌਣ ਕੌਣ ਆਇਆ ਡੈਲੀਗੇਸ਼ਨ ਕੇ ਸਾਥ? ਦੇਖੀਏ, ਇਸ ਟਾਈਮ ਡੈਲੀਗੇਸ਼ਨ ਮੇਂ ਜੋ ਹਮਾਰੇ ਹੈਂ ਵਾਈਸ ਚਾਂਸਲਰ ਅਲ ਮੁਸਤਫਾ ਇੰਟਰਨੈਸ਼ਨਲ ਯੂਨੀਵਰਸਿਟੀ ਕੇ ਆਏ ਹੋਏ ਹੈ, ਉਨਕੇ ਚੀਫ ਰਿਪ੍ਰੈਜ਼ੈਂਟੇਟਿਵ ਜੋ ਹੈ ਵੋ ਇੰਡੀਆ ਮੇਂ ਜੋ ਹੈ ਵੋ ਆਏ ਹੋਏ ਹੈ ਸਾਥ ਮੇਂ, ਤੋ ਯੇ ਸਭ ਲੋਗ ਯਹਾਂ ਪੇ ਆਏ ਹੋਏ ਹੈ। ਇੰਡੀਅਨ ਅੰਬੈਸੀ ਮੇਂ ਵੀ ਅਟੈਚ ਹੈ? ਜੀ ਜੀ, ਵੋ ਆਪਣਾ ਅੰਬੈਸੀ ਮੇਂ ਵੀ ਰਹਤੇ ਹੈਂ, ਕਾਮ ਦੇਖਤੇ ਹੈਂ। ਸਰ ਕਿਸ ਪਰਪਜ਼ ਕੇ ਲਈ ਆਏ ਜੀ? ਦੇਖੀਏ, ਯਹਾਂ ਪੇ ਆਨੇ ਕਾ ਜੋ ਪਰਪਜ਼ ਥਾ ਵੋ ਇੱਕ MOU ਜੋ ਹੈ ਵੋ ਪੰਜਾਬ ਯੂਨੀਵਰਸਿਟੀ ਮੇਂ ਜੋ ਹੈ ਜੋ ਵੀ ਜਤਿੰਦਰ ਸਰ ਕੇ ਜੋ ਜਥੇਦਾਰ ਸਾਹਿਬ ਕੇ ਸਾਥ ਪੇ ਜੋ ਯੂਨੀਵਰਸਿਟੀ ਹੈ ਉਨਕੇ ਅੰਡਰ ਸੇ ਉਨਕੇ ਸਾਥ MOU ਕਾ ਸਾਇਨ ਥਾ। ਦੂਸਰਾ ਜੋ ਹਮਾਰੀ ਪਰਸ਼ੀਅਨ ਲੈਂਗੁਏਜ ਹੈ ਜੋ ਈਰਾਨ ਔਰ ਜੋ ਹੈ ਵੋ ਈਰਾਨ ਔਰ ਹਿੰਦੁਸਤਾਨ ਕੋ ਜੋ ਆਪਸ ਮੇਂ ਜੋੜਤੀ ਹੈ, ਉਸ ਪੇ ਬਾਤਚੀਤ ਹੋਈ। ਔਰ ਦੂਸਰਾ ਜੋ ਹੈ ਵੋ ਹਮਨੇ ਖੁਦ ਜੋ ਹੈ ਵੋ ਯਹਾਂ ਕੇ ਡੈਲੀਗੇਸ਼ਨ ਕੋ ਇਨਵੀਟੇਸ਼ਨ ਹੀ ਉਨ੍ਹੇ ਦੀ ਹੈ ਕਿ ਈਰਾਨ ਪੇ ਔਰ ਈਰਾਨ ਕੋ ਦੇਖੇ, ਕਿਉਂਕਿ ਜੋ ਹੈ ਵੋ ਆਜ ਇਸ ਵਕਤ ਹਮਾਰੀ ਇੰਡੀਅਨ ਗੌਰਮੈਂਟ ਨੇ ਜੋ ਹੈ ਵੋ ਈਰਾਨ ਪੇ ਇੱਕ ਬਹੁਤ ਬੜਾ ਅਹਿਸਾਨ ਕਰਤੇ ਹੋਏ ਪਰਸ਼ੀਅਨ ਕੋ ਜੋ ਹੈ ਵੋ ਨੌ ਜ਼ਬਾਨੋਂ ਮੇਂ ਆਪਣੀ ਮੇਂ ਜੋ ਹੈ ਉਸਕੋ ਜਗ੍ਹਾ ਦੀ ਹੈ। ਸਰ ਇਸ ਮੇਂ ਆਪ ਪੰਜਾਬ ਮੇਂ ਹੋ, ਅੰਮ੍ਰਿਤਸਰ ਆਏ ਹੋ, ਇਸ ਮੇਂ ਪੰਜਾਬੀ ਕੇ ਹਿੰਦੀ ਕੇ ਇਲਾਵਾ ਪੰਜਾਬੀ ਲੈਂਗੁਏਜ ਕੇ ਬਾਰੇ ਮੇਂ ਵੀ MOU ਸਾਈਨ ਹੋਇਆ ਹੈ ਜੀ? ਅਭੀ ਜੋ ਇਹਨਾਂ ਨੇ ਬਾਤ ਰੱਖੀ ਹੈ ਇਹ ਰੱਖੀ ਹੈ ਕਿ ਆਪ ਆਪਣੀ ਯੂਨੀਵਰਸਿਟੀ ਮੇਂ ਜੋ ਪੰਜਾਬੀ ਲੈਂਗੁਏਜ ਕੇ ਬਾਰੇ ਮੇਂ ਵੀ ਕਾਮ ਕਰੇ, ਤੋ ਉਸ ਮੇਂ ਵੀ ਇਹ ਰੱਖਾ ਗਿਆ ਕਿ ਇਸ ਕੋ MOU ਕੇ ਅੰਦਰ ਲਾਇਆ ਜਾਏਗਾ ਔਰ ਫਿਰ ਜਬ MOU ਸਾਈਨ ਆਏਗਾ ਉਸਕੇ ਬਾਅਦ ਜੋ ਪੰਜਾਬੀ ਲੈਂਗੁਏਜ ਕੋ ਵੀ ਅਲ ਮੁਸਤਫਾ ਇੰਟਰਨੈਸ਼ਨਲ ਯੂਨੀਵਰਸਿਟੀ ਮੇਂ ਰੱਖਾ ਜਾਏਗਾ। ਕਿਸ ਤਰ੍ਹਾਂ ਦਾ ਕਾਮ ਰਹੇਗਾ ਸਰ ਇਨਕਾ, ਕਿ ਕਿਸ ਤਰ੍ਹਾਂ ਲੈਂਗੁਏਜ ਟਰਾਂਸਲੇਟਰ ਹੋਗੇ ਇੱਕ ਦੂਸਰੇ ਕੇ, ਇੱਕ ਦੂਸਰੇ ਕਾ ਕਲਚਰਲ ਰਿਲੇਸ਼ਨ ਹੋਗਾ, ਕਿਸ ਤਰ੍ਹਾਂ ਕੀ ਸਟੱਡੀ ਹੋਗੀ? ਦੇਖੀਏ, ਦੋਨੋਂ ਤਰ੍ਹਾਂ ਸੇ ਹੋਗਾ, ਲੈਂਗੁਏਜ ਕਾ ਵੀ ਹੋਗਾ, ਦੂਸਰੇ ਬਾਅਦ ਕਲਚਰ ਜੋ ਹੈ ਵੋ ਹਮਾਰਾ ਆਜ ਈਰਾਨ ਔਰ ਹਮਾਰੇ ਦੇਸ਼ ਕਾ ਜੋ ਹੈ ਕਲਚਰ ਆਪਸ ਮੇਂ ਬਹੁਤ ਮਿਲਤਾ ਜੁਲਤਾ, ਤੋ ਇਹ ਜੋ ਓਲਡ ਪਰਸ਼ੀਅਨ ਜੈਸੇ ਆਪ ਦੇਖੇਂਗੇ ਖੁਦ ਜੋ ਹੈ ਵੋ ਆਪਣੀ ਗ੍ਰੰਥ ਸਾਹਿਬ ਮੇਂ ਵੀ ਜੋ ਹੈ ਵੋ ਪਰਸ਼ੀਅਨ ਕੇ ਬਹੁਤ ਸਾਰੇ ਆਪਕੋ ਮੇਂ ਜੋ ਮਿਲ ਰਹੇ ਹੈ, ਤੋ ਇੱਕ ਬਹੁਤ ਬੜੀ ਚੀਜ਼ ਹੈ। ਪਰਸ਼ੀਅਨ ਹਮਾਰੇ ਜੋ ਹੈ ਵੋ ਹਿੰਦੁਸਤਾਨ ਮੇਂ ਇਸ ਪਹਿਲੇ ਵੀ ਰਹੋ, ਆਜ ਵੀ ਇੰਡੀਅਨ ਗੌਰਮੈਂਟ ਵੀ ਇਹ ਚਾਹਤੀ ਹੈ ਕਿ ਪਰਸ਼ੀਅਨ ਕੋ ਜੋ ਹੈ ਵੋ ਆਗੇ ਬੜਾਇਆ ਜਾਏ। ਈਰਾਨ ਮੇਂ ਪੰਜਾਬੀ ਲਗਤਾ ਹੈ ਕਿ ਇੰਟਰਸਟ ਲੇਤੇ ਹੈ, ਔਰ ਕਿਸ ਤਰ੍ਹਾਂ ਕਾ ਰਿਸਪੋਂਸ ਲਗਤਾ ਹੈ ਆਪਕੋ ਵਹਾਂ ਸੇ ਮਿਲੇਗਾ, ਔਰ ਇੰਡੀਆ ਮੇਂ ਕਹਾਂ ਕਿਸ ਤਰ੍ਹਾਂ ਕਾ ਰਿਸਪੋਂਸ? ਦੇਖੀਏ, ਈਰਾਨ ਮੇਂ ਜੋ ਹੈ ਵੋ ਬਾਜ਼ਾਬਤਾ ਜੋ ਇਸ ਟਾਈਮ ਹਮਾਰੀ ਸਿੱਖ ਕਮਿਊਨਿਟੀ ਕੇ ਲੋਕ ਰਹਿ ਰਹੇ ਹੈ, ਤੇਹਰਾਨ ਮੇਂ ਇੱਕ ਬਹੁਤ ਬੜਾ ਜੋ ਹਮਾਰਾ ਗੁਰਦੁਆਰਾ ਵੀ ਹੈ ਔਰ ਵਹਾਂ ਪੇ ਲੋਕ ਰਹਿ ਰਹੇ ਹੈ, ਔਰ ਪੰਜਾਬੀ ਲੋਕ ਤੋਂ ਸਿੱਖਣਾ, ਇਸ ਟਾਈਮ ਵਰਲਡ ਮੇਂ ਸਭ ਲੋਕ ਪੰਜਾਬੀ ਜਾਣਦੇ ਹੈ, ਤੋ ਕੋ ਵੀ ਚਾਹੇਗਾ ਉਹ ਪੰਜਾਬੀ ਸਿੱਖੇਗਾ, ਕਿਉਂਕਿ ਉਸਕੋ ਵਰਲਡ ਮੇਂ ਆਪਕੋ ਮਿਲੇਂਗੇ। ਔਰ ਇੰਡੀਆ ਮੇਂ ਵੀ ਜੋ ਹੈ ਕਾਫੀ ਲੋਕ ਪਰਸ਼ੀਅਨ ਸਿੱਖਣਾ ਚਾਹਤੇ ਹੈ, ਕਿਉਂਕਿ ਪਰਸ਼ੀਅਨ ਇੱਕ ਐਸੀ ਲੈਂਗੁਏਜ ਹੈ ਜੋ ਜਿਸ ਮੇਂ ਬਹੁਤ ਸਾਰੀ ਆਪਕੋ ਜੋ ਹੈ ਵੋ ਕਿਤਾਬੇਂ ਮਿਲੇਂਗੀ, ਜਿਸ ਮੇਂ ਲੋਕ ਪੜ੍ਹਨਾ ਚਾਹਤੇ ਹੈ, ਸਿੱਖਣਾ ਚਾਹਤੇ ਹੈ, ਔਰ ਪਰਸ਼ੀਅਨ ਬੜੀ ਮਿੱਠੀ ਜ਼ਬਾਨ ਹੈ। ਔਰ ਕਿਸੇ ਤਰ੍ਹਾਂ ਕਿ SGPC ਜਾਂ ਜਥੇਦਾਰ ਕੀ ਤਰਫ ਸੇ ਕੋਈ ਡਿਮਾਂਡ ਰੱਖੀ ਗਈ? ਨਹੀਂ, ਐਸਾ ਕੋਈ ਡਿਮਾਂਡ ਜਥੇਦਾਰ ਕੀ ਤਰਫ ਸਭ ਵੈਸੇ ਨਹੀਂ ਵੀ ਰੱਖੀ, ਉਹਨਾਂ ਨੇ ਵੀ ਨਹੀਂ ਕੋਈ ਰੱਖੀ, ਬਸ ਇਹ ਜੋ ਆਪਣਾ ਜੋ ਐਜੂਕੇਸ਼ਨ ਕੋ ਲੈ ਕੇ ਸਾਰੀ ਬਾਤਚੀਤ ਹੋਈ, ਹਮਾਰਾ ਜੋ ਇਨਕਾ ਪਰਪਸ ਵੀ ਆਨਾ ਥਾ ਵੋ ਐਜੂਕੇਸ਼ਨ ਕੇ ਲੈ ਕੇ, ਦੋਨੋਂ ਮੁਲਕੋਂ ਕੀ ਐਜੂਕੇਸ਼ਨ ਕੋ ਆਗੇ ਬੜਾਇਆ ਜਾਏ ਔਰ ਕਲਚਰ ਕੋ ਆਗੇ ਬੜਾਇਆ ਜਾਏ। ਇਹ ਈਰਾਨ ਦੇ ਡੈਲੀਗੇਸ਼ਨ ਦੇ ਨਾਲ ਜੋ ਆਏ ਸੀ ਜਾਫਰੀ ਸਾਹਿਬ, ਤਾਂ ਦੋ ਤਰ੍ਹਾਂ ਦੇ ਨਾਲ ਲੈਂਗੁਏਜ ਜਿਹੜੀ ਹੈ, ਕਿਉਂਕਿ ਇੱਕ ਦੂਸਰੇ ਦੀ ਲੈਂਗੁਏਜ ਵਾਲੀ, ਅਤੇ ਖਾਸ ਤੌਰ 'ਤੇ ਪੰਜਾਬੀ ਲੈਂਗੁਏਜ ਬਾਰੇ ਜਿਹੜਾ MOU ਸਾਈਨ ਹੋਇਆ ਹੈ, ਔਰ MOU ਦੇ ਵਿੱਚ ਇਸ ਨੂੰ ਸ਼ਾਮਿਲ ਕੀਤਾ ਜਾਏਗਾ ਪੰਜਾਬੀ ਜ਼ਬਾਨ ਬਾਰੇ, ਕਿ ਇੱਕ ਦੂਸਰੇ ਦੀਆਂ ਦੇਸ਼ਾਂ ਦੇ ਬਾਰੇ ਜਾਣਨਾ, ਉਸ ਭਾਸ਼ਾ ਨੂੰ ਵਿੱਚ ਜਿਹੜਾ ਸੀ ਉਹਨਾਂ ਦਾ ਜੋ ਸਬਜੈਕਟ ਨੇ ਉਹਨਾਂ ਦੇ, ਇੱਕ ਦੂਸਰੇ ਜ਼ਬਾਨਾਂ ਦੇ ਵਿੱਚ ਇਸ ਨੂੰ ਕਨਵਰਟ ਕਰਨ, ਅਤੇ ਇੱਕ ਵਧੀਆ ਜਿਹੜੇ ਮਾਹੌਲ ਦੇ ਵਿੱਚ ਇਹ ਗੱਲਬਾਤ ਹੋਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਇਹ ਮਿਲੇ ਸੀ, ਅਤੇ SGPC ਦੇ ਨੁਮਾਇੰਦੇ ਨੂੰ ਵੀ ਮਿਲੇ ਸੀ, ਅਤੇ ਹੁਣ ਇਹਨਾਂ ਨੂੰ ਸਨਮਾਨਿਤ ਇਸ ਜਗ੍ਹਾ ਦੇ ਉੱਤੇ ਕੀਤਾ ਜਾਏਗਾ। ਇੱਕ ਵਧੀਆ ਮੌਕਾ ਸੀ ਸਾਡੇ ਲਈ ਕਿ ਆਪਾਂ ਜਿਹੜੀ ਸਾਡੀ ਇੱਥੇ ਅਲ ਮੁਸਤਫਾ ਯੂਨੀਵਰਸਿਟੀ ਦਾ ਦਿੱਲੀ ਦਾ ਕੈਂਪਸ ਹੈ, ਉਹਦੇ ਕੁਝ ਦੋਸਤਾਂ ਦੇ ਨਾਲ, ਅਤੇ ਜਿਹੜੇ ਸਾਡੇ ਇੰਡੀਆ ਦੇ ਕੁਝ ਦੋਸਤ ਸਾਡੇ ਸੈਂਟਰ ਦੇ ਨਾਲ ਕੰਮ ਕਰਦੇ ਨੇ, ਉਹਨਾਂ ਨਾਲ ਮਿਲ ਕੇ ਸਾਨੂੰ ਅੱਜ ਇੱਥੇ ਆਉਣ ਦਾ ਮੌਕਾ ਮਿਲਿਆ। ਔਰ ਸਿੱਖ ਬਰਾਦਰੀ ਦੇ ਜਿਹੜੇ ਰਿਸਪੈਕਟਫੁਲ ਲੋਕ ਨੇ, ਜਥੇਦਾਰ ਸਾਹਿਬ, ਪ੍ਰਧਾਨ ਸਾਹਿਬ,
ਜਨਰਲ ਸੈਕਟਰੀ ਸਾਹਿਬ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਿਆ ਅਤੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ। ਸਾਡਾ ਅਲ ਮੁਸਤਫਾ ਯੂਨੀਵਰਸਿਟੀ ਦਾ ਅਤੇ ਈਰਾਨ ਦਾ ਮੰਨਣਾ ਇਹ ਹੈ ਕਿ ਜਿਤਨੇ ਵੀ ਇੰਡੀਅਨ ਸਬ ਕਾਂਟੀਨੈਂਟ ਦੇ ਲੋਕ ਹਨ ਔਰ ਇੱਥੇ ਦੇ ਜਿਤਨੇ ਧਰਮ ਹੈ, ਜਿਤਨੀਆਂ ਵਿਚਾਰਧਾਰਾ ਹੈ, ਉਹਨਾਂ ਸਾਰਿਆਂ ਦੀ ਇੱਕ ਬਹੁਤ ਨਜ਼ਦੀਕੀ ਸਮਾਨਤਾ ਜਿਹੜੀ ਉਹ ਈਰਾਨ ਦੇ ਨਾਲ ਬਣਦੀ ਹੈ ਅਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਵਾਰ ਨਵੇਂ ਸਿਰੇ ਜ਼ਿੰਦਾ ਕੀਤਾ ਜਾਏ ਔਰ ਖਾਸ ਤੌਰ ਸਿੱਖ ਬਰਾਦਰੀ ਦੇ ਨਾਲ ਜਿਹੜੀ ਸਾਡੀ ਸਮਾਨਤਾ ਹੈ, ਜਿਹੜੀਆਂ ਸਾਡੀਆਂ ਸਾਂਝਾਂ ਹੈਗੀਆਂ, ਉਹਨਾਂ ਨੂੰ ਇੱਕ ਵਾਰ ਰਿਵਾਈਵ ਕੀਤਾ ਜਾਏ। ਖਾਸ ਤੌਰ ਵਿੱਚ ਸਿੱਖ ਬਰਾਦਰੀ ਜਿਹੜੀ ਹੈ ਉਹਦਾ ਦੁਨੀਆਂ ਨੂੰ ਦੇਖਣ ਦਾ ਜਿਹੜਾ ਨਜ਼ਰੀਆ ਹੈ, ਉਹਦਾ ਇਨਸਾਨੀਅਤ ਨੂੰ ਦੇਖਣ ਦਾ ਜਿਹੜਾ ਨਜ਼ਰੀਆ ਹੈ, ਅਖਲਾਕ ਨੂੰ ਦੇਖਣ ਦਾ ਜਿਹੜਾ ਨਜ਼ਰੀਆ ਹੈ, ਇਹ ਬਹੁਤ ਹੀ ਸਾਂਝਾ ਨਜ਼ਰੀਆ ਹੈ ਸਾਡੇ ਨਾਲ, ਮੁਸਲਮਾਨਾਂ ਦੇ ਨਾਲ ਇਨ ਜਨਰਲ ਅਤੇ ਈਰਾਨੀਆਂ ਦੇ ਨਾਲ। ਉਸ ਤੋਂ ਇਲਾਵਾ ਆਪਾਂ ਇਹ ਵੀ ਸੋਚਿਆ ਹੈ ਕਿ ਜੋ ਇੱਥੇ ਦੇ ਤੁਹਾਡੇ ਬੜੇ ਸੈਂਟਰਸ ਹੈਗੇ ਨੇ ਗੁਰਦੁਆਰੇ ਸਮੇਤ ਯੂਨੀਵਰਸਿਟੀਆਂ ਦੂਸਰੀਆਂ ਜਗ੍ਹਾ, ਉਹਨਾਂ ਦੇ ਨਾਲ ਜਿਹੜਾ ਆਪਾਂ MOU ਸਾਈਨ ਕਰੀਏ ਔਰ ਇੱਕ ਕੋਪਰੇਸ਼ਨ ਕਰੀਏ, ਇਸੇ ਬੇਸ 'ਤੇ ਜਿਹੜੀ ਸਾਡੀ ਸਾਂਝ ਚੱਲੀ ਆ ਰਹੀ ਹੈ ਉਸੇ ਨੂੰ ਬੁਨਿਆਦ ਬਣਾ ਕੇ ਆਪਾਂ ਅੱਗੇ ਜਿਹੜਾ ਉਹ ਫਾਰਸੀ ਜ਼ਬਾਨ, ਕਿਉਂਕਿ ਫਾਰਸੀ ਜ਼ਬਾਨ ਜਿਹੜੀ ਹੈ ਜ਼ਮਾਨੇ ਦੇ ਵਿੱਚ ਇੱਥੇ ਲੋਕਾਂ ਨੂੰ ਮਿਲਾਉਣ ਦੀ ਜ਼ਬਾਨ ਰਹੀ ਹੈ ਔਰ ਅੱਜ ਵੀ ਉਹ ਜ਼ਬਾਨ ਜਿਹੜੀ ਹੈ ਲੋਕਾਂ ਨੂੰ ਮਿਲਾਉਣ ਦਾ ਕੰਮ ਕਰ ਰਹੀ ਹੈ, ਉਸ ਨੂੰ ਰਿਵਾਈਵ ਕਰੀਏ ਔਰ ਸਿੱਖ ਬਰਾਦਰੀ ਲਈ ਇਸ ਜ਼ਬਾਨ ਦੀ ਜਿਹੜੀ ਇੰਪੋਰਟੈਂਸ ਹੈ, ਕਿਉਂਕਿ ਤੁਹਾਡੀ ਜਿਹੜੀ ਹਰਲੀ ਕਿਤਾਬ ਉਹਨਾਂ ਦੇ ਵਿੱਚ ਵੀ ਆਉਂਦੀ ਹੈ, ਉਹਦੇ ਲਈ ਛੋਟੇ ਕੋਰਸਿਸ ਆਪਾਂ ਬਣਾ ਸਕਦੇ ਹਾਂ, ਸੈਮੀਨਾਰ ਅਤੇ ਕਾਨਫਰੰਸਿਸ ਕਰ ਸਕਦੇ ਹਾਂ ਯੂਨੀਵਰਸਿਟੀਆਂ ਦੇ ਨਾਲ ਮਿਲ ਕੇ ਔਰ ਇਸੇ ਤਰੀਕੇ ਦੇ ਨਾਲ ਜਿਹੜਾ ਉਹ ਜਿਹੜੀ ਸਾਡੀ ਯੂਨੀਵਰਸਿਟੀ ਹੈ ਔਰ ਜਿਹੜੀਆਂ ਦੂਸਰੀਆਂ ਯੂਨੀਵਰਸਿਟੀਆਂ ਉਹਦੇ ਵਿੱਚ ਜਾਂ ਇੱਥੇ ਜਿਹੜੀਆਂ ਯੂਨੀਵਰਸਿਟੀਆਂ ਉਹਦੇ ਵਿੱਚ ਅਸੀਂ ਚੇਅਰਸ ਐਸਟੈਬਲਿਸ਼ ਕਰ ਸਕਦੇ ਹਾਂ, ਈਰਾਨ ਦੀ ਚੇਅਰ ਇੱਥੇ ਐਸਟੈਬਲਿਸ਼ ਹੋ ਜਾਏ, ਇੱਥੇ ਦੀ ਚੇਅਰ ਉੱਥੇ ਐਸਟੈਬਲਿਸ਼ ਹੋ ਜਾਏ, ਅਤੇ ਇਸ ਬੇਸ 'ਤੇ ਜਿਹੜਾ ਆਪਾਂ ਮਿਲ ਜੁਲ ਕੇ ਬਹੁਤ ਕੰਮ ਕਰ ਸਕਦੇ ਹਾਂ, ਕਿਉਂਕਿ ਸਾਡਾ ਮੰਨਣਾ ਇਹ ਹੈ ਕਿ ਸਿੱਖ ਬਰਾਦਰੀ ਦੇ ਵਿੱਚ ਜਿਹੜਾ ਇਹ ਸਪਿਰਿਚੁਐਲਿਟੀ ਦਾ ਜਿਹੜਾ ਮੈਸੇਜ ਹੈ ਉਹ ਸਾਡੇ ਨਾਲ ਬਹੁਤ ਹੀ ਕਾਮਨ ਹੈ ਔਰ ਇਨ ਜਨਰਲ ਜਿਹੜਾ ਆਪਾਂ ਇਹ ਸਮਝਦੇ ਹਾਂ ਕਿ ਜਿਹੜਾ ਦੇਸ਼ ਹੈ ਭਾਰਤ ਜਿਹੜੀ ਕੰਟਰੀ ਹੈ ਉਸਦੇ ਵਿੱਚ ਜਿੰਨੇ ਵੀ ਬੜੇ ਮਜ਼ਹਬ ਹੈ ਉਹਨਾਂ ਦੇ ਨਾਲ ਵੀ ਸਾਡੀ ਸਿਮਿਲਰਿਟੀ ਹੈ, ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਆਪਾਂ ਰਿਵਾਇਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਬੜਾ ਹੀ ਇੱਕ ਦੋਸਤਾਨਾ ਮਾਹੌਲ ਸੀ ਜਦੋਂ ਆਪਾਂ ਬੈਠ ਕੇ ਗੱਲਬਾਤ ਕੀਤੀ ਤਾਂ ਸਾਨੂੰ ਉਮੀਦ ਹੈ ਕਿ ਇਸ ਗੱਲਬਾਤ ਦੇ ਨਤੀਜੇ ਜਿਹੜਾ ਆਪਾਂ ਆਪਣੇ ਪੁਰਾਣੇ ਜਿਹੜੇ ਤਲਕਾਤ ਹੈ ਜਿਹੜੇ ਸਾਡੇ ਰਿਲੇਸ਼ਨ ਹੈ ਉਹਨਾਂ ਨੂੰ ਬਹੁਤ ਹੋਰ ਵੀ ਸਟਰੈਂਥਨ ਕਰ ਪਾਵਾਂਗੇ ਔਰ ਜਿਹੜੀਆਂ ਸਾਡੀਆਂ ਸਾਂਝਾਂ ਹਨ ਜਿਹੜੀਆਂ ਸਾਡੀ ਸਮਾਨਤਾ ਹਨ ਉਹਨਾਂ ਨੂੰ ਬੇਸ ਬਣਾ ਕੇ ਇੱਕ ਦੂਸਰੇ ਨੂੰ ਕਰੀਬ ਲਿਆਉਣ ਦੀ ਕੋਸ਼ਿਸ਼ ਕਰਾਂਗੇ ਔਰ ਸਾਡਾ ਕੋਪਰੇਸ਼ਨ ਹਰ ਲੈਵਲ 'ਤੇ, ਚਾਹੇ ਉਹ ਯੂਨੀਵਰਸਿਟੀ ਲੈਵਲ 'ਤੇ ਹੈ, ਚਾਹੇ ਉਹ ਆਰਗਨਾਈਜੇਸ਼ਨ ਲੈਵਲ 'ਤੇ ਹੈ, ਚਾਹੇ ਕੋਰਸਿਸ ਡਿਵੈਲਪ ਕਰਨ ਦੇ ਲੈਵਲ 'ਤੇ ਹੈ, ਕਿਸੇ ਵੀ ਲੈਵਲ 'ਤੇ ਜਿਹੜਾ ਆਪਾਂ ਪੂਰੇ ਤਰੀਕੇ ਦੇ ਨਾਲ ਕੋਪਰੇਸ਼ਨ ਕਰਨ ਲਈ ਤਿਆਰ ਹਾਂ। ਸਾਨੂੰ ਉਮੀਦ ਹੈ ਕਿ ਇਹ ਇੱਕ ਵਧੀਆ ਕੰਮ ਰਹੇਗਾ। ਜੀ, ਸਾਡੀ ਇਹ ਮੀਟਿੰਗ ਹੋਈ ਹੈ ਦੋਸਤਾਨਾ ਮਾਹੌਲ ਦੇ ਵਿੱਚ, ਬਹੁਤ ਵਧੀਆ ਹੈ। ਇਹਦੇ ਵਿੱਚ ਆਪਾਂ ਇੱਕ ਨਿਯੋਤਾ ਵੀ ਦਿੱਤਾ ਹੈ ਸਿੱਖ ਬਰਾਦਰੀ ਦੇ ਜਿਹੜੇ ਇੰਪੋਰਟੈਂਟ ਲੋਕ ਹੈ, ਸੈਕਟਰੀ ਜਥੇਦਾਰ ਸਾਹਿਬ, ਪ੍ਰਧਾਨ ਸਾਹਿਬ, ਜਨਰਲ ਸੈਕਟਰੀ ਸਾਹਿਬ ਔਰ ਇਹਨਾਂ ਦੇ ਨਾਲ ਜੋ ਵੀ ਲੋਕ ਚਾਹਣ ਆਪਣੇ ਡੈਲੀਗੇਸ਼ਨ ਵਿੱਚ ਲਿਆ ਕਿ ਉਹਨਾਂ ਨੂੰ ਇਰਾਨ ਆ ਸਕਦਾ, ਕੋਈ ਵੀ ਇੱਕ ਟਾਈਮ ਜਿਹੜਾ ਆਪਾਂ ਦੋ ਪਾਸੋਂ ਡਿਸਾਈਡ ਕਰਕੇ ਕਿਸੇ ਨਤੀਜੇ 'ਤੇ ਪਹੁੰਚਾਂ ਕਿ ਕਿਸ ਟਾਈਮ ਉਹ ਆਉਣਾ ਚਾਹੁੰਦੇ ਹਨ, ਅਤੇ ਸਾਡੀ ਤਾਂ ਇਨਵਾਈਟ ਹੈ ਕਿ ਆ ਕੇ ਉੱਥੇ ਸਾਡੇ ਇਰਾਨ ਕੰਟਰੀ ਦੇ ਵਿੱਚ ਔਰ ਸਾਡੀ ਯੂਨੀਵਰਸਿਟੀ 'ਚ ਆ ਕੇ ਨੇੜੇ ਤੋਂ ਦੇਖਣ ਕਿ ਕਿਵੇਂ ਚੀਜ਼ਾਂ ਹੋ ਰਹੀਆਂ ਔਰ ਕਿਸ ਲੈਵਲ 'ਤੇ ਆਪਾਂ ਕੋਪਰੇਸ਼ਨ ਕਰ ਸਕਦੇ ਹਾਂ, ਤਾਂ ਕਿ ਇਸ ਵਿਜ਼ਿਟ ਤੋਂ ਬਾਅਦ ਜਿਹੜਾ ਕੋਪਰੇਸ਼ਨ ਹੋਰ ਅੱਛੇ ਲੈਵਲ 'ਤੇ ਕੀਤਾ ਜਾ ਸਕੇ ਔਰ ਅਸੀਂ ਜਿਹੜਾ ਇਹਨਾਂ ਸਾਰਿਆਂ ਬੰਦਿਆਂ ਨੂੰ ਇਨਵਾਈਟ ਦੇ ਕੇ ਸਾਨੂੰ ਬੜੀ ਖੁਸ਼ੀ ਹੋਈ ਔਰ ਉਮੀਦ ਹੈ ਕਿ ਇਹਨਾਂ ਦੀ ਇਸ ਵਿਜ਼ਿਟ ਤੋਂ ਜਿਹੜਾ ਅੱਛੇ ਰਿਜ਼ਲਟਸ ਨਿਕਲਣਗੇ। ਅਲ ਮੁਸਤਫਾ ਯੂਨੀਵਰਸਿਟੀ ਨੇ ਦਿੱਲੀ ਦੇ ਵਿੱਚ ਗ੍ਰੇਟਰ ਨੋਇਡਾ ਦੇ ਵਿੱਚ ਇੱਕ ਐਜੂਕੇਸ਼ਨ ਸੈਂਟਰ, ਲੈਂਗੁਏਜ ਦਾ ਐਜੂਕੇਸ਼ਨ ਸੈਂਟਰ ਖੋਲ੍ਹਿਆ ਅਤੇ ਪ੍ਰੋਫੈਸਰ ਅਬਾਸ ਸਾਹਿਬ ਨਾਲ ਸਾਡੀ ਗੱਲਬਾਤ ਹੋਈ ਅਤੇ ਪ੍ਰੋਫੈਸਰ ਸਾਹਿਬ ਨੇ ਵੀ ਮਤਲਬ ਇੱਥੇ ਆਉਣ ਦੀ ਖੁਆਇਸ਼
ਜਾਹਿਰ ਕੀਤੀ ਗੁਰੂ ਰਾਮਦਾਸ ਜੀ ਦੇ ਸਥਾਨ 'ਤੇ, ਔਰ ਸਿੱਖ ਮਜ਼ਹਬ ਦੇ ਨਾਲ ਪਰਟੀਕੁਲਰਲੀ ਇਹਨਾਂ ਨੇ ਆਪਣਾ ਬਹੁਤ ਹੀ ਯਕਜਹਤੀ ਜ਼ਾਹਿਰ ਕੀਤੀ ਅਤੇ ਉਨ ਉਸ ਜਿਹੜਾ ਉਹਦੇ ਫਲਸਰੂਪ ਅਸੀਂ ਅੱਜ ਇਹਨਾਂ ਨੇ ਖੈਰ ਮਤਮ ਕੀਤਾ। ਪ੍ਰੋਫੈਸਰ ਅਬਾਸੀ ਨੇ ਅਲਮਸਾ ਯੂਨੀਵਰਸਿਟੀ ਦੇ ਹੈੱਡ ਨੇ, ਰਜਾ ਸਿੱਖੀ ਸਾਹਿਬ ਨਜ਼ੀਰ ਸਾਹਿਬ ਹੈ, ਸਭ ਜਿਹੜਾ ਇਹਨਾਂ ਦਾ ਪੂਰਾ ਵਫਦ ਹੈ ਇਹ ਹਾਜ਼ਰ ਹੋਇਆ, ਅਤੇ ਅੱਜ ਐਸ ਸੀ ਪੀ ਸੀ ਵੱਲੋਂ ਵੀ ਸਾਡੇ ਪ੍ਰਧਾਨ ਸਾਹਿਬ ਨੇ ਵੀ, ਔਰ ਅੱਜ ਇਹਨਾਂ ਨਾਲ ਬੈਠ ਕੇ ਜੋ ਸਾਡੀ ਮੀਟਿੰਗ ਹੋਈ ਹੈ, ਮਹਿਤਾ ਸਾਹਿਬ ਧਾਨੀ ਸਾਹਿਬ ਔਰ ਸਾਡੇ ਸਨਮਾਨਯੋਗ ਜਥੇਦਾਰ ਸਾਹਿਬ ਸਭ ਨੇ ਮਿਲ ਕੇ ਅੱਜ ਇੱਕ ਨਵੀਂ ਇੱਕ ਪਿਰਤ ਪਾਈ ਹੈ ਸ਼੍ਰੋਮਣੀ ਕਮੇਟੀ ਨੇ ਵੀ, ਔਰ ਅਸੀਂ ਇੱਕ ਨਵੀਂ ਪਿਰਤ ਪਾ ਕੇ ਚੱਲ ਰਹੇ ਹਾਂ ਕਿ ਜਿਹੜਾ ਜਿਹੜਾ ਸਿੱਖ ਇਤਿਹਾਸ, ਜਿਹੜੀ ਸਾਡਾ ਵਿਰਾਸਤੀ ਇਤਿਹਾਸ ਜਿਹੜਾ ਕਿ ਬਹੁਤ ਹੀ ਜਿਹੜਾ ਹੈ ਫਾਰਸੀ ਦੇ ਵਿੱਚ ਪਿਆ ਹੋਇਆ, ਉਹਨੂੰ ਕਿੰਨਾ ਕਿੱਦਾਂ ਮੁੜ ਸੁਰਜੀਵ ਕਰਨਾ, ਔਰ ਉਸ ਲੈਂਗੁਏਜ ਨੂੰ ਫਾਰਸੀ ਲੈਂਗੁਏਜ ਦੀ ਜਿਹੜੀ ਸਮਝ ਹੈ ਉਹ ਸਾਡੇ ਜਿਹੜੇ ਸਕੋਲਰਸ ਨੇ ਉਹਨਾਂ ਤੱਕ ਕਿੱਦਾਂ ਲੈ ਕੇ ਜਾਣੀ ਹੈ, ਉਹਨਾਂ ਦੀ ਅੱਜ ਸਹਿਯੋਗ ਦਾ ਇੱਕ ਸਾਡੀ ਗੱਲਬਾਤ ਹੋਈ ਹੈ। ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਉਹਨਾਂ ਦੇ ਆਉਣ ਦਾ ਵੀ, ਔਰ ਐਸ ਜੀ ਪੀ ਸੀ ਦਾ ਵੀ, ਕਿ ਵੀ ਇਹਨਾਂ ਨੇ ਇਸ ਜਿਹੜਾ ਹੈ ਇਸ ਨੋਟ ਤੋਂ ਇਸ ਜਿਹੜਾ ਇੱਕ ਜਿਹੜਾ ਨਿਗਾਰ ਵੱਲ ਗੱਲ ਕਹੀ ਹੋਈ ਸੀ ਉਹਨੂੰ ਉਹਦਾ ਮਿਆਰ ਉੱਚਾ ਚੁੱਕਣ ਲਈ ਅੱਜ ਇੱਕ ਮਾਇਦਾ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਕੈਮਰਾ ਪਰਸਨ ਮੁਕੇਸ਼ ਬਾਵਾ ਦੇ ਨਾਲ ਗਗਨਦੀਪ ਸ਼ਰਮਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ।